हर साल लखां दी संख्या दे विच हवाई जहाज़ पूरी दुनिया दे विच उड़ाना भरदे ने ते इह अंकड़ा साल दर साल अगे वधदा जा रहा है। कमर्शियल जहाज़ जिहड़े धरती तो 40 तो 50 हज़ार फुट की उचाई तक उड़दे ने ते उत्थे ही हैलीकाप्टर ने जिहड़े सिर्फ धरती तो 25 हज़ार फुट की उचाई तक उड़दे ने। अजिहा क्यों है? इन्नी ज़्यादा उचाई दे उत्ते होण दे बावजूद भी जहाज़ अपना रास्ता किवें लभदा है ते रात नूं रास्ता लभण दे विच जहाज़ नूं किहड़ियां-किहड़ियां परेशानियां दा सामना करना पैंदा है, अज दी इस वीडियो दे विच आपां इहनां बारे जाणांगे। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਜ਼ਿਆਦਾਤਰ ਜਹਾਜ਼ ਤਿੰਨ ਕਿਸਮਾਂ ਦੇ ਹੁੰਦੇ ਨੇ, ਕਮਰਸ਼ੀਅਲ, ਹੈਲੀਕਾਪਟਰ ਜਾਂ ਜੈੱਟ ਪਲੇਨ ਵਗੈਰਾ। ਅੱਜ ਕੱਲ੍ਹ ਹੋਰ ਵੀ ਕਈ ਕਿਸਮ ਦੇ ਜਹਾਜ਼ ਆਉਂਦੇ ਨੇ ਪਰ ਜ਼ਿਆਦਾਤਰ ਜਹਾਜ਼ ਇਹਨਾਂ ਤਿੰਨਾਂ ਕਿਸਮਾਂ ਦੇ ਵਿੱਚੋਂ ਇੱਕ ਕਿਸਮ ਦੇ ਹੀ ਹੁੰਦੇ ਨੇ ਤੇ ਇਹ ਤਿੰਨੇ ਕਿਸਮਾਂ ਦੇ ਜਹਾਜ਼ ਹੀ ਅਸਮਾਨ ਦੇ ਵਿੱਚ ਅਲੱਗ ਅਲੱਗ ਉਚਾਈ ਤੇ ਉੱਡਦੇ ਨੇ। ਕਮਰਸ਼ੀਅਲ ਜਹਾਜ਼ ਜਿਨ੍ਹਾਂ ਨੂੰ ਆਪਾਂ ਯਾਤਰੀ ਜਹਾਜ਼ ਵੀ ਕਹਿ ਦਿੰਦੇ ਹਾਂ ਉਹ 30 ਹਜ਼ਾਰ ਫੁੱਟ ਤੋਂ ਲੈ ਕੇ 50 ਹਜ਼ਾਰ ਫੁੱਟ ਦੀ ਉਚਾਈ ਤੱਕ ਉੱਡਦੇ ਨੇ। ਉੱਥੇ ਜਿਹੜੇ ਸਧਾਰਨ ਹੈਲੀਕਾਪਟਰ ਹੁੰਦੇ ਨੇ ਉਹ 10 ਤੋਂ 15 ਹਜ਼ਾਰ ਫੁੱਟ ਦੀ ਉਚਾਈ ਤੱਕ ਉੱਡਦੇ ਨੇ। ਇਸ ਕਰਕੇ ਅਸੀਂ ਜਦੋਂ ਵੀ ਹਵਾ ਵਿੱਚ ਉੱਡਦੇ ਹੋਏ ਹੈਲੀਕਾਪਟਰ ਨੂੰ ਦੇਖਦੇ ਹਾਂ ਤਾਂ ਉਹ ਸਾਨੂੰ ਦੇਖਣ ਦੇ ਵਿੱਚ ਕਾਫੀ ਨੇੜੇ ਲੱਗਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਹੈਲੀਕਾਪਟਰ ਨੂੰ ਜ਼ਿਆਦਾ ਦੂਰੀ ਦਾ ਸਫ਼ਰ ਤੈਅ ਕਰਨ ਦੇ ਲਈ ਨਹੀਂ ਵਰਤਿਆ ਜਾਂਦਾ। ਜੇ ਕਿਸੇ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਣਾ ਹੋਵੇ ਤਾਂ ਉਹ ਕਦੇ ਵੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਦਾ। ਆਮ ਤੌਰ ਤੇ ਹੈਲੀਕਾਪਟਰ ਦੀ ਵਰਤੋਂ ਥੋੜੀ ਦੂਰੀ ਤੱਕ ਜਾਣ ਦੇ ਲਈ ਤੇ ਸਮਾਨ ਨੂੰ ਇੱਕ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਜ਼ਿਆਦਾਤਰ ਹੈਲੀਕਾਪਟਰ ਮਿਲਟਰੀ ਦੇ ਕੋਲ ਹੁੰਦੇ ਨੇ, ਇਹਨਾਂ ਨੂੰ ਰੈਸਕਿਊ ਦੇ ਕੰਮਾਂ ਦੇ ਲਈ ਵੀ ਵਰਤਿਆ ਜਾਂਦਾ ਹੈ ਕਿਉਂਕਿ ਬਹੁਤ ਘੱਟ ਉਚਾਈ ਤੇ ਵੀ ਉੱਡ ਸਕਦੇ ਨੇ। ਇਸ ਤੋਂ ਬਾਅਦ ਆਉਂਦੇ ਨੇ ਜੈੱਟ ਜਹਾਜ਼। ਇਹ ਵੱਧ ਤੋਂ ਵੱਧ 25 ਹਜ਼ਾਰ ਫੁੱਟ ਦੀ ਉਚਾਈ ਤੱਕ ਉੱਡਦੇ ਨੇ। ਇਹ ਜਿਹੜੇ ਜੈੱਟ ਪਲੇਨ ਹੁੰਦੇ ਨੇ ਇਹਨਾਂ ਨੂੰ ਵੀ ਜ਼ਿਆਦਾਤਰ ਮਿਲਟਰੀ ਦੇ ਲਈ ਹੀ ਵਰਤਿਆ ਜਾਂਦਾ ਹੈ। ਇਹ ਜੈੱਟ ਪਲੇਨ 25 ਹਜ਼ਾਰ ਫੁੱਟ ਦੀ ਉਚਾਈ ਤੱਕ ਇਸ ਲਈ ਉੱਡਦੇ ਨੇ ਕਿਉਂਕਿ ਇਹਨਾਂ ਦੇ ਅੰਦਰ ਟਰਬੋ ਇੰਜਣ ਹੁੰਦਾ ਹੈ ਤੇ ਟਰਬੋ ਇੰਜਣ ਦੇ ਕੰਮ ਕਰਨ ਦੇ ਲਈ ਆਕਸੀਜਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਸ ਲਈ ਜੇਕਰ ਜੈੱਟ ਪਲੇਨ ਨੂੰ 25 ਹਜ਼ਾਰ ਫੁੱਟ ਤੋਂ ਉੱਪਰ ਜ਼ਿਆਦਾ ਲਿਜਾਇਆ ਜਾਂਦਾ ਹੈ ਤਾਂ ਉੱਥੇ ਆਕਸੀਜਨ ਲੈਵਲ ਘੱਟ ਜਾਂਦਾ ਹੈ ਤੇ ਜੈੱਟ ਪਲੇਨ ਚੰਗੀ ਤਰ੍ਹਾਂ ਦੇ ਨਾਲ ਆਪਣਾ ਕੰਮ ਨਹੀਂ ਕਰ ਪਾਉਂਦਾ ਤੇ ਉਸ ਦੀ ਸਪੀਡ ਘੱਟ ਜਾਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਮਰਸ਼ੀਅਲ ਜਹਾਜ਼ ਜਾਨੀ ਕਿ ਯਾਤਰੀ ਜਹਾਜ਼ਾਂ ਦੀ। ਇਹਨਾਂ ਜਹਾਜ਼ਾਂ ਨੂੰ ਹਮੇਸ਼ਾ 30 ਹਜ਼ਾਰ ਫੁੱਟ ਤੋਂ 50 ਹਜ਼ਾਰ ਫੁੱਟ ਦੀ ਉਚਾਈ ਦੇ ਵਿਚਕਾਰ ਹੀ ਉਡਾਇਆ ਜਾਂਦਾ ਹੈ ਕਿਉਂਕਿ ਉੱਥੇ ਆਕਸੀਜਨ ਘੱਟ ਹੁੰਦੀ ਹੈ ਤੇ ਹਵਾ ਪਤਲੀ ਹੁੰਦੀ ਹੈ। ਇਸ ਲਈ ਇੰਨੀ ਉਚਾਈ ਦੇ ਉੱਪਰ ਜਹਾਜ਼ ਦਾ ਜ਼ਿਆਦਾ ਜ਼ੋਰ ਨਹੀਂ ਲੱਗਦਾ ਅੱਗੇ ਨੂੰ ਵਧਣ ਦੇ ਲਈ। ਜੇਕਰ ਇਸ ਤੋਂ ਘੱਟ ਉਚਾਈ ਤੇ ਜਹਾਜ਼ ਨੂੰ ਉਡਾਇਆ ਜਾਵੇਗਾ ਤਾਂ ਉਸ ਦਾ ਜ਼ੋਰ ਵੀ ਲੱਗੇਗਾ ਤੇ ਉਹ ਜ਼ਿਆਦਾ ਤੇਲ ਪੀਏਗਾ ਤੇ 30 ਹਜ਼ਾਰ ਫੁੱਟ ਤੋਂ ਥੱਲੇ ਜੇਕਰ ਹਵਾਈ ਜਹਾਜ਼ ਉੱਡੇਗਾ ਤਾਂ ਉਹ ਬਹੁਤ ਜ਼ਿਆਦਾ ਵਾਈਬ੍ਰੇਟ ਕਰੇਗਾ ਤੇ ਜਿਸ ਦੇ ਕਾਰਨ ਜਹਾਜ਼ ਦੇ ਵਿੱਚ ਬੈਠੇ ਯਾਤਰੀਆਂ ਨੂੰ ਕਾਫੀ ਜ਼ਿਆਦਾ ਝਟਕੇ ਵੀ ਲੱਗਣਗੇ ਤੇ 30 ਹਜ਼ਾਰ ਫੁੱਟ ਤੋਂ ਉੱਪਰ ਕਾਫੀ ਜ਼ਿਆਦਾ ਘੱਟ ਬੱਦਲ ਹੁੰਦੇ ਨੇ ਜਿਸ ਕਾਰਨ ਜਹਾਜ਼ ਨੂੰ ਉੱਡਣ ਦੇ ਵਿੱਚ ਹੋਰ ਵੀ ਫਾਇਦਾ ਮਿਲਦਾ ਹੈ। ਇਸ ਕਰਕੇ ਹੀ ਇਹਨਾਂ ਜਹਾਜ਼ਾਂ ਨੂੰ ਜ਼ਿਆਦਾਤਰ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿ 30 ਤੋਂ ਲੈ ਕੇ 50 ਹਜ਼ਾਰ ਫੁੱਟ ਤੱਕ ਦੀ ਉਡਾਨ ਭਰ ਸਕਣ। ਉੱਥੇ ਹੀ ਕਈ ਲੋਕਾਂ ਨੂੰ ਲੱਗ ਸਕਦਾ ਹੈ ਕਿ ਇੰਨੇ ਸਾਰੇ ਲੋਕਾਂ ਨੂੰ ਵਿੱਚ ਬਿਠਾ ਕੇ ਇੰਨੀ ਜ਼ਿਆਦਾ ਉਚਾਈ ਤੇ ਉੱਡਣਾ ਸੁਰੱਖਿਅਤ ਨਹੀਂ ਹੈ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੰਨੀ ਜ਼ਿਆਦਾ ਉਚਾਈ ਤੇ ਉੱਡਣਾ ਬਹੁਤ ਜ਼ਿਆਦਾ ਸੁਰੱਖਿਅਤ ਹੈ। ਮੰਨ ਲਓ ਕਿ ਕਿਸੇ ਜਹਾਜ਼ ਦੇ ਵਿੱਚ 40 ਹਜ਼ਾਰ ਫੁੱਟ ਦੀ ਉਚਾਈ ਤੇ ਜਾ ਕੇ ਖਰਾਬੀ ਆ ਜਾਂਦੀ ਹੈ ਤੇ ਉਹ ਥੱਲੇ ਨੂੰ ਹੇਠਾਂ ਵੱਲ ਨੂੰ ਡਿੱਗਣਾ ਸ਼ੁਰੂ ਕਰ ਦਿੰਦਾ ਹੈ ਤੇ ਇੰਨੀ ਜ਼ਿਆਦਾ ਉਚਾਈ ਤੇ ਹੋਣ ਦੇ ਕਾਰਨ ਹੀ ਇਹ ਜਹਾਜ਼ ਨੂੰ ਧਰਤੀ ਤੱਕ ਪਹੁੰਚਣ ਦੇ ਲਈ ਕਾਫੀ ਜ਼ਿਆਦਾ ਸਮਾਂ ਲੱਗੇਗਾ। ਉੱਥੇ ਜੇਕਰ ਹੈਲੀਕਾਪਟਰ ਤੇ ਜੈੱਟ ਜਹਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਬਹੁਤ ਜਲਦੀ ਧਰਤੀ ਦੇ ਉੱਪਰ ਡਿੱਗ ਜਾਂਦੇ ਨੇ। ਉੱਥੇ ਕਮਰਸ਼ੀਅਲ ਜਹਾਜ਼ਾਂ ਦੇ ਵਿੱਚ ਪਾਇਲਟ ਨੂੰ ਕੁਝ ਸਮਾਂ ਮਿਲ ਜਾਂਦਾ ਹੈ ਇੰਨੀ ਜ਼ਿਆਦਾ ਉਚਾਈ ਤੋਂ ਜਹਾਜ਼ ਜਦੋਂ ਥੱਲੇ ਨੂੰ ਡਿੱਗ ਰਿਹਾ ਹੁੰਦਾ ਹੈ ਉਸ ਨੂੰ ਬਚਾਉਣ ਦਾ। ਇਹ ਤਾਂ ਤੁਹਾਨੂੰ ਹੁਣ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਮਰਸ਼ੀਅਲ ਜਹਾਜ਼ ਇੰਨੀ ਜ਼ਿਆਦਾ ਉਚਾਈ ਦੇ ਉੱਪਰ ਕਿਉਂ ਉੱਡਦੇ ਨੇ। ਜਦੋਂ ਕਮਰਸ਼ੀਅਲ ਜਹਾਜ਼ ਇੰਨੀ ਜ਼ਿਆਦਾ ਉਚਾਈ ਤੇ ਉੱਡ ਰਿਹਾ ਹੁੰਦਾ ਹੈ ਤਾਂ ਉਹ ਆਪਣੀ ਲੋਕੇਸ਼ਨ ਦਾ ਕਿਵੇਂ ਪਤਾ ਲਗਾਉਂਦਾ ਹੈ ਤੇ ਆਪਣੇ ਰਾਸਤੇ ਦਾ ਕਿਵੇਂ ਪਤਾ ਲਗਾਉਂਦਾ ਹੈ, ਹੁਣ ਆਪਾਂ ਇਸ ਦੇ ਬਾਰੇ ਗੱਲ ਕਰਾਂਗੇ। ਕਈ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਜਹਾਜ਼ ਅਸਮਾਨ ਦੇ ਵਿੱਚ ਉੱਡਦਾ ਹੈ ਤਾਂ ਉਹ ਆਪਣੀ ਮਨਮਰਜ਼ੀ ਦੇ ਅਨੁਸਾਰ ਕਿਸੇ ਪਾਸੇ ਨੂੰ ਵੀ ਉੱਡ ਸਕਦਾ ਹੈ ਤੇ ਆਪਣੀ ਡੈਸਟੀਨੇਸ਼ਨ ਦੇ ਉੱਪਰ ਪਹੁੰਚ ਸਕਦਾ ਹੈ, ਪਰ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ। ਜਿਵੇਂ ਸਾਡੇ ਕੋਲ ਕਿਸੇ ਜਗ੍ਹਾ ਤੱਕ ਜਾਣ ਦੇ ਲਈ ਸੜਕ ਹੁੰਦੀ ਹੈ, ਉਸੇ ਤਰ੍ਹਾਂ ਇੱਕ ਪਾਇਲਟ ਦੇ ਕੋਲ ਵੀ ਕਿਸੇ ਜਗ੍ਹਾ ਤੱਕ ਪਹੁੰਚਣ ਦੇ ਲਈ ਇੱਕ ਰਸਤਾ ਹੁੰਦਾ ਹੈ ਜਿਸ ਨੂੰ ਪਾਇਲਟ ਨੇ ਫੋਲੋ ਕਰਨਾ ਹੁੰਦਾ ਹੈ। ਜੇਕਰ ਪਾਇਲਟ ਇਸ ਨੂੰ ਫੋਲੋ ਨਹੀਂ ਕਰਦਾ ਤਾਂ ਉਸ ਨੂੰ ਪਲੰਟੀ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਸਾਰੇ ਰਸਤਿਆਂ ਨੂੰ ਬਹੁਤ ਸੋਚ ਸਮਝ ਕੇ ਬਣਾਇਆ ਜਾਂਦਾ ਹੈ, ਬਹੁਤ ਧਿਆਨ ਦੇ ਨਾਲ ਬਰੀਕੀ ਦੇ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਤਾਂ ਕਿ ਅੱਗੇ ਜਾ ਕੇ ਕਿਸੇ ਕਿਸਮ ਦੀ ਕੋਈ ਗਲਤੀ ਨਾ ਹੋਵੇ। ਅੱਜ ਤਾਂ GPS ਸਿਗਨਲ, ਰੇਡੀਓ ਸਿਗਨਲ ਅਤੇ ਨੈਵੀਗੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਦੇ ਸਮਿਆਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਸੀ। ਪਹਿਲਾਂ ਦੇ ਸਮਿਆਂ 'ਚ ਪਾਇਲਟ ਵੱਡੇ ਵੱਡੇ ਲੈਂਡਮਾਰਕ ਨੂੰ ਹੀ ਦੇਖ ਕੇ ਆਪਣਾ ਰਸਤਾ ਤੈਅ ਕਰਦੇ ਸਨ, ਜਿਵੇਂ ਕਿ ਜੇਕਰ ਰਸਤੇ ਦੇ ਵਿੱਚ ਬਹੁਤ ਵੱਡਾ ਪਹਾੜ ਹੈ ਤਾਂ ਉਸ ਪਹਾੜ ਨੂੰ ਇੱਕ ਨਿਸ਼ਾਨੀ ਦੀ ਤਰ੍ਹਾਂ ਵਰਤਿਆ ਜਾਂਦਾ ਸੀ, ਜਿਵੇਂ ਕਿ ਇੱਥੋਂ ਹੁਣ ਸਿੱਧੇ ਜਾਣਾ ਹੈ ਜਾਂ ਇੱਥੋਂ 90 ਡਿਗਰੀ ਦਾ ਟਰਨ ਲੈਣਾ ਹੈ ਤੇ ਹਰ ਇੱਕ ਚੀਜ਼ ਨੂੰ ਯਾਦ ਰੱਖਿਆ ਜਾਂਦਾ ਸੀ। ਇਸ ਤੋਂ ਬਿਨਾਂ ਉਸ ਸਮੇਂ ਰੇਲਵੇ ਟਰੈਕ ਦੀ ਵੀ ਵਰਤੋਂ ਕੀਤੀ ਜਾਂਦੀ ਸੀ ਰਸਤਾ ਲੱਭਣ ਦੇ ਲਈ, ਪਰ ਇਸ ਦੇ ਨਾਲ ਨੁਕਸਾਨ ਇਹ ਹੁੰਦਾ ਸੀ ਕਿ ਜਹਾਜ਼ ਨੂੰ ਬਹੁਤ ਜ਼ਿਆਦਾ ਘੁੰਮ ਫਿਰ ਕੇ ਆਪਣੀ ਡੈਸਟੀਨੇਸ਼ਨ ਤੱਕ ਪਹੁੰਚਣਾ ਪੈਂਦਾ ਸੀ। ਇਹ ਚੀਜ਼ ਦਾ ਹੱਲ ਕੱਢਣ ਦੇ ਲਈ ਅਮਰੀਕਾ ਦੇ ਲੋਕਾਂ ਨੇ ਜ਼ਮੀਨ ਦੇ ਉੱਪਰ ਵੱਡੇ ਵੱਡੇ ਤੀਰਾਂ ਦੇ ਜਾਂ ਕਹੀਏ ਐਰੋ ਦੇ ਨਿਸ਼ਾਨ ਬਣਾ ਦਿੱਤੇ। ਇਹ ਤੀਰਾਂ ਦੇ ਨਿਸ਼ਾਨ ਇੰਨੇ ਵੱਡੇ ਹੁੰਦੇ ਸਨ ਕਿ ਪਾਇਲਟ ਆਸਾਨੀ ਦੇ ਨਾਲ ਇਹਨਾਂ ਨੂੰ ਉੱਪਰੋਂ ਅਸਮਾਨ ਤੋਂ ਦੇਖ ਸਕਦੇ ਸਨ। ਤਾਂ ਫਿਰ ਅੱਗੇ ਜਾ ਕੇ ਇੱਕ ਹੋਰ ਸਮੱਸਿਆ ਸਾਹਮਣੇ ਆ ਗਈ ਕਿ ਦਿਨ ਦੇ ਵਿੱਚ ਤਾਂ ਇਹ ਤੀਰਾਂ ਜਾਂ ਕਹੀਏ ਐਰੋ ਦੇ ਨਿਸ਼ਾਨ ਦਿਖ ਜਾਂਦੇ ਸਨ, ਪਰ
नहीं। इन्हां सारियां चीज़ां दा ध्यान इस लई रखिया जाता है कि गर्मियां ते सर्दियां दे मौसम दे विच की इत्थों दी जहाज लंघ सकदा है, इन्हां दे उपर दी कोई उसनूं प्रॉब्लम तां नहीं आएगी इत्थों दे वातावरण दे कारण। इस तों बिना कई होर अजिहियां थावां भी हुंदियां ने जिहड़ियां कि नो फ्लाई जोन हुंदा है, जाने कि उत्थों दी कोई भी जहाज नहीं लंघ सकदा, जिवें कि मक्का मदीना हो गया, ताजमहल हो गया, हिमालिया हो गया ते होर भी कई अजिहियां धार्मिक जां कई अजिहियां होर भी कई थावां ने जिन्हां दे उपर दी जहाज लंघण दी मुकम्मल तौर ते मनाही है। अजिहा इस लई भी हुंदा है कि लोकां दे धार्मिक भावनावां नूं इन्हां दे नाल ठेस ना पहुंचे, जिवें कि मक्का मदीना नूं बहुत ज्यादा पवित्र स्थान मन्निया जांदा है मुसलमानां दे लई, इस करके इस जगह दे उपर दी जहाज नहीं उड़ाया जांदा। इस तों बिना मशहूर इमारतां दे उपर दी जहाज इस लई भी नहीं उड़ाए जांदे कि किते रब ना करे तकनीकी खराबी दे कारण जहाज इन्हां जगह दे उपर डिग के क्रैश कर जावे ते इमारतां नूं भी तबाह कर देवे। तुसीं देखिया होणा है कि जहाज दे अगे इक काफी ज्यादा वड्डी लाइट हुंदी है ते इस दे साइडां वाले जिहड़े विंग्स हुंदे ने उहनां दे उपर भी लाइटां लगियां हुंदियां ने जिहड़ियां कि जगदियां बुझदियां रहिंदियां ने। इहनां दा कारण इह है कि कई वार रात नूं सफर करदे समें मौसम बहुत ज्यादा खराब हो जांदा है ते सामने वाले पायलट नूं सामने कुछ भी दिखाई नहीं दिंदा। इन्हां हालातां दे विच जहाज दीआं इह लाइटां नेविगेशन दा काम करदीआं ने। जहाज दे इक विंग्स दे उपर रैड लाइट हुंदी है, इक दे उपर ग्रीन लाइट हुंदी है ते इस दे बिल्कुल सामने वाइट लाइट हुंदी है। इह लाइट्स तां करके अलग अलग रंगां दीआं हुंदीआं ने तां कि जेकर कोई सामने तों जहाज आ जावे मौसम खराब होवे ते लाइटां हर इक मौसम दे विच सामने वाले पायलट नूं दिखाई दे जाण। इह सांझी हवाई जहाज दे नाल जुड़ियां होईआं कुछ जानकारियां। तुहानूं साडी वीडियो किदां लगी कमेंट करके जरूर दस्सणा ते साडे यूट्यूब दे चैनल ज्योति विज़न सबसक्राइब करना। धन्यवाद।